डैडी जी। हाँ जी। तुम अज बहुत सोहना काम किया मम्मी ने थप्पड़ चौके थप्पड़ चौके कर लो डैडी जी। हाँ जी। तुम अज मम्मी हाथ चौके बहुत सोहना काम किया उन्हें कड़ा स्वाद का काम किया है वो को गई रुपिंदर को रुपिंदर को पिंदर को पता नहीं पर हाथ चौके बहुत गलत किया डैडी जी। हाँ जी। आज तुम बहुत सोहना काम किया मम्मी हाथ चौके तो मेरी गल सुनो ये को पिंदर घर की करन गई है डैडी जी मैनू वो नहीं पता भी की करन गए तो की नहीं करन चीज की पहचान नहीं होंगी वो तो होंगी है मम्मी ने इन चीजा ना है ना बनाई के रखे वो तो पैर ते ही मुकर गए ना ये मैं अपने पराए पैर ते ही मुकर गए मैं अपने बनवाए हैं जो तो पैर ते ही मुकर गए ये कि मैं बनवाए हैं तुम समझा ही ना हूँ मम्मी भी टेंशन ना लैन हूँ तो जो हूँ तो हो ही गया वह तो कुछ कर नहीं सकते हूँ तक हरेक साढ़िया रीझा पूरी करते रहे पर मेरी एक गल मन वह तो जो तो हाले मामा जी चंगे आ जे मामी ओह जी हो साडा फिर किदा सर होगा चंगा ओके यार कल मेरे भी घरों लड़के गई आ इतो जाए भैन को चल गई है तो वो बेचारी की बेइज्जती करती है आवे चीजा लगा लगा रखन डी मैं तो लगा लगा रखन डी तू वड्डी चलाक बंदी फिरदी आ दे दो मैनू मैं रख लैनी आ जिहड़ी गलती तू कल कीती है ना पिंदर नाल कितें जिंदगी दी भुल के काम ना कर ली तेरे मतलब मैं क्या उन्हें सुनहरे को बनाए अपनी कट्टी एक पापा मैं बोल मैं क्या मैं कुड़िया न्याणियों ना वक्खरा ही फिक्र पै जाता इदा की गल सुन लेंदियां वा तो की दसा चल रुपिंदर का एक है वा जे प्यो ना गल करूगी तो की पता सुधर ही जान दे ही देन समान मैं तो यो हाथ जोड़ती हाँ भी महाराज रुपिंदर गल करे तो इन्हें मन मेर पै जाए तो फड़ा देने भी लै पुत रख ला तो न्याणिया बेचारिया सवेर दियाँ गई भुखिया पानिया आण के बुरकी रोटी खानी हुंदी आ जदों इदां दी गल सुन लैंदियां तां ओह वी फिकरां च ही पै जांदियां वा डैडी जी। हाँ जी। तुसीं अज बहुत सोहना काम कीता मम्मी ने थप्पड़ चौके थप्पड़ चौके डैडी जी। हाँ जी। ਤੁਸੀਂ ਅੱਜ ਮੰਮੀ ਦੇ ਹੱਥ ਚੁੱਕੇ ਬਹੁਤ ਸੋਹਣਾ ਕੰਮ ਕੀਤਾ ਆ ਉਹਨੇ ਕਿਹੜਾ ਸਵਾਦ ਦਾ ਕੰਮ ਕੀਤਾ ਸੀ ਉਹ ਕੋ ਗਈ ਰੁਪਿੰਦਰ ਕੋ ਰੁਪਿੰਦਰ ਕੋ ਪਿੰਦਰ ਕੋ ਪਤਾ ਨਹੀਂ ਪਰ ਹੱਥ ਚੁੱਕੇ ਬਹੁਤ ਗਲਤ ਕੀਤਾ ਡੈਡੀ ਜੀ ਹਾਂਜੀ ਅੱਜ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਮੰਮੀ ਦੇ ਹੱਥ ਚੁੱਕੇ ਤੇ ਮੇਰੀ ਗੱਲ ਸੁਣੋ ਇਹ ਕੋ ਪਿੰਦਰ ਘਰ ਕੀ ਕਰਨ ਗਈ ਸੀ ਡੈਡੀ ਜੀ ਮੈਨੂੰ ਉਹ ਨਹੀਂ ਪਤਾ ਵੀ ਕੀ ਕਰਨ ਗਏ ਤੇ ਕੀ ਨਹੀਂ ਕਰਨ ਗਏ ਤੁਸੀਂ ਹੱਥ ਕਿਉਂ ਚੁੱਕਿਆ 100 ਗੱਲਾਂ ਦੀ ਇੱਕੋ ਗੱਲ ਵਾ ਜੇ ਮੇਰੇ ਗਾੜੀ ਬਹੁਤੀਆਂ ਬੋਲੀਆਂ ਨਾ ਤੇ ਮਾਂ ਵਾਲਾ ਹਾਲ ਕਰੂੰਗਾ ਤੁਹਾਡਾ ਭੱਜ ਜਾ ਇੱਥੋਂ ਆਓ ਚਲੀਏ ਦੀਦੀ ਇਹਨਾਂ ਨਾਲ ਗੱਲ ਕਰਨ ਦਾ ਫਾਇਦਾ ਤੇ ਤਾਂ ਹੋਵੇ ਨਾ ਜੇ ਇਹਨਾਂ ਮੰਨਣੀ ਹੋਵੇ ਤੇ ਆ ਜਾਓ ਕਿਰਪੀਆ ਹਮਦਰਦੀ ਆਈਆਂ ਮਾਰੀਆਂ ਤੁਵਾ ਡੈਡੀ ਜੀ ਹਾਂਜੀ ਤੁਸੀਂ ਅੱਜ ਬਹੁਤ ਸੋਹਣਾ ਕੰਮ ਕੀਤਾ ਮੰਮੀ ਦੇ ਥੱਪੜ ਚੁੱਕੇ ਥੱਪੜ ਚੁੱਕੇ ਸੋਹਣਾ ਕਰ ਲਓ डैडी जी। हाँ जी। तुम अज मम्मी हाथ चुके बहुत सोहना काम किया उन्हें कड़ा स्वाद का काम किया है वो को गई रुपिंदर को रुपिंदर को पिंदर को पता नहीं पर हाथ चुके बहुत गलत किया डैडी जी।
ਅੱਜ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਮੰਮੀ ਦਾ ਹੱਥ ਚੁੱਕੇ ਤੇ ਮੇਰੀ ਗੱਲ ਸੁਣੋ ਇਹ ਕੋ ਪਿੰਦਰ ਘਰ ਕੀ ਕਰਨ ਗਈ ਹੈ ਡੈਡੀ ਜੀ ਮੈਨੂੰ ਉਹ ਨਹੀਂ ਪਤਾ ਵੀ ਕੀ ਕਰਨ ਗਏ ਤੇ ਕੀ ਨਹੀਂ ਕਰਨ ਚੀਜ਼ ਦੀ ਪਛਾਣ ਨਹੀਂ ਹੁੰਦੀ ਉਹ ਤੇ ਹੁੰਦੀ ਹੈ ਮੰਮੀ ਨੇ ਇੰਨੀਆਂ ਚੀਜ਼ਾਂ ਨਾ ਹਨਾ ਬਣਾਈ ਹੀ ਕਦੋਂ ਦੇ ਬਣਾ ਕੇ ਰੱਖੀ ਕੇ ਰੱਖੇ ਉਹ ਤੇ ਪੈਰ ਤੇ ਹੀ ਮੁਕਰ ਗਏ ਨਾ ਇਹ ਤੇ ਮੈਂ ਆਪਣੇ ਪਾਏ ਇਹ ਤੇ ਮੈਂ 2 1 ਉਹ ਤੇ ਪੈਰ ਤੇ ਹੀ ਮੁਕਰ ਗਏ ਵੀ ਮੈਂ ਆਪਣੇ ਬਣਵਾਏ ਆ ਜੋ ਤੋਂ ਤੇ ਪੈਰ ਤੇ ਹੀ ਮੁਕਰ ਗਏ ਇਹ ਕਿ ਮੈਂ ਬਣਵਾਏ ਆ ਤੁਸੀਂ ਸਮਝਾਉਣਾ ਸੀ ਨਾ ਹੁਣ ਮੰਮੀ ਨੂੰ ਵੀ ਟੈਨਸ਼ਨ ਨਾ ਲੈਣ ਹੁਣ ਤੇ ਜੋ ਹੁਣ ਆ ਤੇ ਹੋ ਹੀ ਗਿਆ ਉਹਦਾ ਤੇ ਕੁਝ ਕਰ ਨਹੀਂ ਸਕਦੇ ਹੁਣ ਤੱਕ ਹਰੇਕ ਸਾਡੀਆਂ ਰੀਝਾਂ ਪੂਰੀਆਂ ਕਰਦੇ ਰਹੇ ਆ ਪਰ ਮੇਰੀ ਇੱਕ ਗੱਲ ਮੰਨ 2 1 ਉਹ ਤੇ ਜੋ ਤਾਂ ਹਲੇ ਮਾਮਾ ਜੀ ਚੰਗੇ ਆ ਤੇ ਜੇ ਮਾਮੀ ਉਹੋ ਜੀ ਹੋਵੇ ਤਾਂ ਸਾਡਾ ਫਿਰ ਕਿਦਾਂ ਸਰ ਹੋਊਗਾ ਚੰਗਾ ਓਕੇ ਇੱਥੋਂ ਸ਼ੁਰੂ ਕਰਿਓ ਵੀ ਸਮਝ ਯਾਰ ਕੱਲ ਮੇਰੇ ਨਾਲ ਵੀ ਘਰੋਂ ਲੜ ਕੇ ਗਈ ਆ ਇਥੋਂ ਜਾਂਦੇ ਭੈਣ ਕੋ ਚਲ ਗਈ ਹੈ ਤੇ ਉਹਦੀ ਵਿਚਾਰੀ ਦੀ ਬੇਇੱਜ਼ਤੀ ਕਰਦੀ ਆ ਕਹਿੰਦੀ ਕੁਛ ਨਹੀਂ ਹੈ ਇੱਥੇ ਆਵੇ ਕੱਟ ਲੈ ਲਵੀ ਉਧਰ ਜਾ ਉਸ ਵਾਰ ਮੈਂ ਲਗਾਏ ਨਹੀਂਗੇ ਦੇ ਦਿਓ ਮੈਨੂੰ ਮੈਂ ਰੱਖ ਲਾਂ ਇਧਰ ਆ ਆ ਕੀ ਆ ਕੀ ਹੈ ਘਰ ਵਿੱਚ ਚੀਜ਼ ਰੱਖਣੀ ਹੁੰਦੀ ਆ ਲੈ ਫੜਾ ਇਧਰ ਨਹੀਂ ਮੇਰੇ ਕੋਲ ਸੁਣ ਅੱਗੇ ਇਹ ਟੁੱਟ ਜਾਣਾ ਹੀ ਚੀਜ਼ਾਂ ਲਗਾ ਲਗਾ ਰੱਖਣ ਡਈ ਐ ਮੈਂ ਤੂੰ ਲਗਾ ਲਗਾ ਰੱਖਣ ਡਈ ਤੂੰ ਮੈਂ ਲਗਾਇਆ ਨਹੀਂ ਮੈਂ ਤਾਂ ਉਹਦਾ ਸਾਮਾਨ ਨਹੀਂ ਹਾਂ ਘਰ ਵੱਡੀ ਚਲਾਕ ਬੰਦੀ ਫਿਰਦੀ ਆ ਦੇ ਦੋ ਮੈਨੂੰ ਮੈਂ ਰੱਖ ਲੈਣੀ ਆ ਛੱਡ ਦੇ ਦੋ ਮੈਨੂੰ ਮੈਂ ਸਾਂਭਲਾ ਮੁੜ ਕੇ ਤੁਸੀਂ ਪੈਰਾਂ ਤੇ ਪਾਣੀ ਨਹੀਂ ਪੈਣ ਦੇਣਾ ਮੈਂ ਰੱਖ ਲਾਂ ਛੱਡ ਵੈਰੀ ਗੁੱਡ ਜਿਹੜੀ ਗਲਤੀ ਤੂੰ ਕੱਲ ਕੀਤੀ ਆ ਨਾ ਪਿੰਦਰ ਨਾਲ ਕਿਤੇ ਜ਼ਿੰਦਗੀ ਦੀ ਭੁੱਲ ਕੇ ਕੰਮ ਨਾ ਕਰ ਲਈ ਤੇਰੇ ਮਤ ਮੈਂ ਕਿਹਾ ਉਹਨੇ ਸੁਨਿਆਰੇ ਕੋ ਬਣਾਏ ਆਪਣੀ ਕੱਟੀ ਤਾਂ ਕੀ ਤੁਸੀਂ ਤਾਂ ਇੱਕ ਪਾਪਾ ਮੈਂ ਬੋਲ ਮੈਨੂੰ ਕਿਹਾ ਮੈਂ ਕੁੜੀਆਂ ਨਿਆਣੀਆਂ ਨੂੰ ਨਾ ਵੱਖਰਾ ਹੀ ਫਿਕਰ ਪੈ ਜਾਂਦਾ ਇਦਾਂ ਦੀ ਗੱਲ ਸੁਣ ਲੈਂਦੀਆਂ ਵਾਂ ਤੇ ਕੀ ਦੱਸਾਂ ਚੱਲ ਰਪਿੰਦਰ ਦਾ ਇੱਕ ਹੈ ਵਾ ਜੇ ਪਿਓ ਨਾਲ ਗੱਲ ਕਰੂਗੀ ਤੇ ਕੀ ਤਾਂ ਸੁਧਰ ਹੀ ਜਾਣ ਦੇ ਹੀ ਦੇਣ ਸਮਾਨ ਮੈਂ ਤੇ ਇਹੋ ਹੱਥ ਜੋੜਦੀ ਹਾਂ ਵੀ ਮਹਾਰਾਜ ਰਪਿੰਦਰ ਗੱਲ ਕਰੇ ਤੇ ਇਹਨਾਂ ਦੇ ਮਨ ਮੇਰੇ ਪੈ ਜੇ ਤੇ ਫੜਾ ਦੇਣ ਇਹਨੂੰ ਵੀ ਲੈ ਪੁੱਤ ਰੱਖ ਲਾ ਤੂੰ ਨਿਆਣੀਆਂ ਵਿਚਾਰੀਆਂ ਸਵੇਰ ਦੀਆਂ ਗਈਆਂ ਭੁੱਖੀਆਂ ਪਾਣੀਆਂ ਆਣ ਕੇ ਬੁਰਕੀ ਰੋਟੀ ਖਾਣੀ ਹੁੰਦੀ ਆ ਜਦੋਂ ਇਦਾਂ ਦੀ ਗੱਲ ਸੁਣ ਲੈਂਦੀਆਂ ਤਾਂ ਉਹ ਵੀ ਫਿਕਰਾਂ 'ਚ ਹੀ ਪੈ ਜਾਂਦੀਆਂ ਵਾ ਡੈਡੀ ਜੀ ਹਾਂਜੀ ਤੁਸੀਂ ਅੱਜ ਬਹੁਤ ਸੋਹਣਾ ਕੰਮ ਕੀਤਾ ਮੰਮੀ ਦੇ ਥੱਪੜ ਚੁੱਕ ਕੇ ਥੱਪੜ ਚੁੱਕ ਕੇ ਡੈਡੀ ਜੀ ਹਾਂਜੀ ਤੁਸੀਂ ਅੱਜ ਮੰਮੀ ਦਾ ਹੱਥ ਚੁੱਕ ਕੇ ਬਹੁਤ ਸੋਹਣਾ ਕੰਮ ਕੀਤਾ ਆ ਉਹਨੇ ਕਿਹੜਾ ਸਵਾਦ ਦਾ ਕੰਮ ਕੀਤਾ ਇਹ ਉਹ ਕੋ ਗਈ ਰੁਪਿੰਦਰ ਕੋ ਰੁਪਿੰਦਰ ਕੋ ਪਿੰਦਰ ਕੋ ਪਤਾ ਨਹੀਂ ਪਰ ਹੱਥ ਚੁੱਕ ਕੇ ਬਹੁਤ ਗਲਤ ਕੀਤਾ ਡੈਡੀ ਜੀ ਹਾਂਜੀ ਅੱਜ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਮੰਮੀ ਦਾ ਹੱਥ ਚੁੱਕ ਕੇ ਮੇਰੀ ਗੱਲ ਸੁਣੋ ਇਹ ਕੋ ਪਿੰਦਰ ਘਰ ਕੀ ਕਰਨ ਗਈ ਹੈ ਡੈਡੀ ਜੀ ਮੈਨੂੰ ਉਹ ਨਹੀਂ ਪਤਾ ਵੀ ਕੀ ਕਰਨ ਗਏ ਤੇ ਕੀ ਨਹੀਂ ਕਰਨ ਗਏ ਤੁਸੀਂ ਹੱਥ ਕਿਉਂ ਚੁੱਕਿਆ 100 ਗੱਲਾਂ ਦੀ ਇੱਕੋ ਗੱਲ ਵਾ ਜੇ ਮੇਰੇ ਗਾੜੀ ਬਹੁਤੀਆਂ ਬੋਲੀਆਂ ਨਾ ਤੇ ਮਾਂ ਵਾਲਾ ਹਾਲ ਕਰੂੰਗਾ ਤੁਹਾਡਾ ਪਰ ਜੋ ਇਥੋਂ ਆ ਚਲੀਏ ਦੀਦੀ ਇਹਨਾਂ ਨਾਲ ਗੱਲ ਕਰਨ ਦਾ ਫਾਇਦਾ ਤੇ ਤਾਂ ਹੋਵੇ ਨਾ ਜੇ ਇਹਨਾਂ ਮੰਨਣੀ ਹੋਵੇ ਤੇ ਆ ਜਾਓ ਕਿਰਪੀਆ ਹਮਦਰਦੀ ਆਈਆਂ ਮਾਰੀਆਂ